ਇਹ ਸੀਸੀਟੀਵੀ ਤਸਵੀਰਾਂ ਦੇ ਵਿੱਚ ਤੁਸੀਂ ਦੇਖੋ ਕਿ ਇੱਕ ਮੈਡੀਕਲ ਸਟੋਰ ਤੇ ਲੁਟੇਰਿਆਂ ਨੇ ਆਪਣਾ ਧਾਵਾ ਬੋਲਿਆ। ਇਹ ਤਸਵੀਰਾਂ ਜਲੰਧਰ ਤੋਂ ਸਾਹਮਣੇ ਆਈਆਂ ਨੇ ਜਿੱਥੇ ਦਿਨ ਦਿਹਾੜੇ ਦੋ ਲੁਟੇਰਿਆਂ ਨੇ ਵੱਡੀ ਲੁੱਟ ਕੀਤੀ ਹੈ। ਮੈਡੀਕਲ ਦੁਕਾਨ ਤੋਂ ਹਥਿਆਰਾਂ ਦੇ ਬਲ ਤੇ 45 ਤੋਂ 50 ਹਜ਼ਾਰ ਰੁਪਇਆ ਲੁੱਟ ਕੇ ਫਰਾਰ ਹੋ ਗਏ ਨੇ। ਇਹ ਮਾਮਲਾ ਜਲੰਧਰ ਦੇ ਕੰਪਨੀ ਬਾਗ ਚੌਂਕ ਵਿਖੇ ਨਹਿਰੂ ਗਾਰਡਨ ਸਕੂਲ ਦੇ ਸਾਹਮਣੇ ਇੱਕ ਮੈਡੀਕਲ ਸਟੋਰ ਦੀ ਦੁਕਾਨ ਤੇ ਲੁਟੇਰਿਆਂ ਨੇ ਇੱਕ ਵੱਡੀ ਲੁੱਟ ਕੀਤੀ ਹੈ। ਦੱਸ ਦਈਏ ਕਿ ਦੁਕਾਨ ਮਾਲਕ ਦਾ ਇਹ ਕਹਿਣਾ ਹੈ ਕਿ ਉਹ ਦੁਕਾਨ ਤੇ ਬੈਠਾ ਹੋਇਆ ਸੀ, ਅਚਾਨਕ ਦੋ ਨੌਜਵਾਨ ਆਉਂਦੇ ਨੇ ਤੇ ਆ ਕੇ ਤੇਜ਼ਧਾਰ ਹਥਿਆਰਾਂ ਦੇ ਨਾਲ ਉਹਨਾਂ ਨੂੰ ਡਰਾਉਂਦੇ ਨੇ, ਧਮਕਾਉਂਦੇ ਨੇ, ਜਿਸ ਤੋਂ ਬਾਅਦ ਉਹਨਾਂ ਦੇ ਗੱਲੇ ਦੇ ਵਿੱਚੋਂ 45 ਤੋਂ 50 ਹਜ਼ਾਰ ਰੁਪਇਆ ਲੁੱਟ ਕੇ ਫਰਾਰ ਹੋ ਜਾਂਦੇ ਨੇ। ਇਹ ਪੂਰੀ ਘਟਨਾ ਸੀਸੀਟੀਵੀ ਦੇ ਵਿੱਚ ਕੈਦ ਹੋਈ ਹੈ। ਦੋ ਬੰਦੇ ਆਏ ਜੀ, ਇੱਕ ਲੰਬਾ ਸੀ, ਇੱਕ ਛੋਟਾ ਜੀ, ਥੋੜ੍ਹਾ ਜਿਹਾ। ਇੱਕ ਨੇ ਗੰਡਾਸਾ ਕੱਢਿਆ, ਇੱਕ ਨੇ ਕੱਢੀ ਕਿਰਪਾਨ ਜੀ। ਉਹਨੇ ਆਹ ਦੇਖ ਲਓ, ਜੇ ਦੇਖ ਸਕਦੇ ਹੋ, ਇੱਥੇ ਉਹਨੇ ਮਾਰੀ ਦੋ ਵਾਰੀ ਅਤੇ ਸਾਨੂੰ ਕਿਹਾ ਕਿ ਪਿੱਛੇ ਹੋ ਜਾਓ, ਮੈਂ ਆਪਣੇ ਆਪ ਪਿੱਛੇ ਹੋ ਜਾਓ, ਮੈਂ ਵਰਨਾ ਕਰ ਦੇਣਾ ਕੁਛ। ਆਪਾਂ ਪਿੱਛੇ, ਮੈਂ ਉੱਥੇ ਜਾ ਕੇ ਖੜਾ ਹੋ ਗਿਆ ਜੀ, ਬਾਕੀ ਸਾਰੇ ਉੱਪਰ ਚਲੇ ਗਏ ਮੇਰੇ ਦੁਕਾਨ ਵਾਲੇ। ਇੱਕ ਆਇਆ ਵਿੱਚੋਂ ਛੋਟੇ ਵਾਲਾ, ਉਹਨੇ ਇੱਥੇ ਆ ਕੇ ਸਾਰਾ ਕੈਸ਼ ਕੱਢ ਲਿਆ ਅਤੇ ਕਰਕੇ ਚਲਾ ਗਿਆ। ਮੈਂ ਇੱਥੇ ਤੱਕ ਜਦੋਂ ਆਇਆ ਉਹਨੂੰ ਫੜਦਾ ਹੋਇਆ, ਉਹ ਇੱਥੇ ਬਾਹਰ ਖੜਾ ਸੀ, ਮੈਨੂੰ ਕਹਿੰਦਾ ਮੇਰੇ ਕੋਲ ਪਿਸਤੌਲ ਹੈਗੀ ਹੈ ਅਤੇ ਕੀ ਕਹਿੰਦੇ ਆ, ਮੈਨੂੰ ਚਲਾਉਣ 'ਤੇ ਮਜਬੂਰ ਨਾ ਕਰੀ। ਉਹ ਕਹਿ ਕੇ ਉਹ ਚਲਾ ਗਿਆ। ਉਹ ਪਹਿਲੇ ਵਾਲਾ ਨੇ ਅੱਗੇ ਬਾਹਰ ਜਾ ਕੇ ਬਾਈਕ ਸਟਾਰਟ ਕੀਤਾ ਅਤੇ ਦੂਜਾ ਜਾ ਕੇ ਬਹਿ ਕੇ ਦੌੜ ਗਿਆ। ਮੇਰੇ 40-45 ਹਜ਼ਾਰ ਸੀਗਾ ਜੀ। ਟੋਟਲ ਕਿੰਨੇ ਜਣੇ ਸੀਗੇ? ਦੋ ਸੀਗੇ ਟੋਟਲ। ਮੂੰਹ ਉਹਨਾਂ ਨੇ ਪੂਰੇ ਟੱਕੇ ਹੋਏ ਸੀ, ਮਤਲਬ ਚੁੰਨੀ ਪੂਰੀ ਬੰਨੀ ਹੋਈ ਸੀ, ਸਿਰਫ ਅੱਖਾਂ ਤੱਕ ਹੀ ਦਿਖਦੀ ਸੀ। ਲੰਬੇ ਜਿਹੇ, ਪਤਲੇ ਜਿਹੇ ਸੀਗੇ। ਇੱਕ ਨੇ ਪੀਲਾ ਰੰਗ ਦਾ ਕੁੜਤਾ ਪਾਇਆ ਸੀ, 6 ਫੁੱਟ ਦੀ ਹਾਈਟ ਹੋਣੀ ਉਹਦੀ, ਅਤੇ ਦੂਜੇ ਨੇ 5 ਫੁੱਟ 8 ਇੰਚ ਹਾਈਟ ਹੋਣੀ ਅਤੇ ਉਹਨੇ ਨੀਲੇ ਰੰਗ ਦਾ ਕੁੜਤਾ ਪਾਇਆ ਸੀ। ਪੈਸੇ ਨੀਲੇ ਵਾਲੇ ਨੇ ਕੱਢੇ, ਛੋਟੇ ਵਾਲੇ ਨੇ ਕੱਢੇ। ਵੱਡੇ ਵਾਲਾ ਸੀ ਬਾਹਰ ਖੜਾ ਸੀ, ਉਹਨੇ ਵੱਡੀ ਜਿਹੀ ਲੋਹੇ ਦੀ ਕਿਰਪਾਨ ਫੜੀ ਸੀ। ਹੋਈ ਹੈ ਲਗਾਤਾਰ ਤਸਵੀਰਾਂ ਵੀ ਤੁਹਾਡੀ ਸਕਰੀਨ 'ਤੇ ਸਾਂਝੀਆਂ ਕਰਦੇ ਰਹਿੰਦੇ ਹਾਂ ਕਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਵੱਧਦੀਆਂ ਜਾ ਰਹੀਆਂ ਨੇ। ਇਸ ਸੀਸੀਟੀਵੀ ਤਸਵੀਰ ਨੂੰ ਧਿਆਨ ਨਾਲ ਦੇਖੋ ਕਿ ਪਹਿਲਾਂ ਜਿਹੜੇ ਲੁਟੇਰੇ ਨੇ ਉਹ ਦੁਕਾਨ ਦੇ ਬਾਹਰ ਗੇੜ ਲਾਉਂਦੇ ਨੇ ਅਤੇ ਅਚਾਨਕ ਦੁਕਾਨ ਦੇ ਅੰਦਰ ਵੜ ਕੇ ਇਸ ਵੱਡੀ ਲੁੱਟ ਨੂੰ ਅੰਜਾਮ ਦੇ ਦਿੰਦੇ ਨੇ।